ਉਹਦੀ ਮਾਂ ਚੁੱਕਣ, ਉਹਦੀ ਭੈਣ ਚੁੱਕਣ, ਉਹਦਾ ਭਰਾ ਚੁੱਕਣ, ਉਹਦਾ ਪਿਓ ਚੁੱਕਣ, ਆਪਣੇ ਆਪ ਦਾ ਗ੍ਰਿਫਤਾਰ ਹੋਏਗਾ, ਕਿਉਂ ਨੀ ਗ੍ਰਿਫਤਾਰ ਹੁੰਦਾ? ਨਹੀਂ ਤੇ ਮੈਨੂੰ ਦਸਾਂ 20 ਮਿੰਟਾਂ ਦਾ ਟਾਈਮ ਦੇਣ, ਬੰਦੇ ਦਾ ਬੰਦਾ ਮੈਂ ਮਾਰ ਦਿੰਦਾ, ਨਾ ਮੈਂ ਪਰਚਾ ਉਹਨਾਂ ਦਾ ਕਰਾਉਂਦਾ, ਨਾ ਮਰਦੇ ਹੋਏ। ਗੋਲੀਕਾਂਡ ਵਿੱਚ ਮਰਨ ਵਾਲੇ ਨੌਜਵਾਨ ਯੋਧਾ ਤੇ ਪਰਿਵਾਰ ਮੈਂਬਰਾਂ ਨੇ ਐਸਐਸ ਦਫ਼ਤਰ ਘੇਰਿਆ। ਦੱਸ ਦਈਏ ਕਿ 2 ਦਿਨ ਪਹਿਲਾਂ ਬਟਾਲਾ ਦੇ ਭਾਈਆ ਦੀ ਗਲੀ ਵਿੱਚ ਨੌਜਵਾਨਾਂ ਦੀਆਂ 2 ਧਿਰਾਂ ਦਰਮਿਆਨ ਚੱਲੀਆਂ ਗੋਲੀਆਂ ਦੇ ਵਿੱਚ ਇੱਕ ਨੌਜਵਾਨ ਯੋਧਾ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ ਅਤੇ ਰਾਹੁਲ ਨਾਮਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੀ, ਜਿਸ ਨੂੰ ਲੈ ਕੇ ਮ੍ਰਿਤਕ ਨੌਜਵਾਨ ਯੋਧਾ ਦੇ ਪਰਿਵਾਰਕ ਮੈਂਬਰਾਂ ਨੇ ਭਾਰੀ ਤਾਦਾਦ ਵਿੱਚ ਇਕੱਠ ਕਰਦੇ ਹੋਏ ਇਨਸਾਫ ਲੈਣ ਲਈ ਬਟਾਲਾ ਸ਼ਹਿਰ ਦੇ ਵਿੱਚ ਪਹਿਲਾਂ ਰੋਸ ਮਾਰਚ ਕੱਢਿਆ ਅਤੇ ਉਸ ਤੋਂ ਬਾਅਦ ਐਸਐਸਪੀ ਬਟਾਲਾ ਦੇ ਦਫ਼ਤਰ ਦਾ ਘਿਰਾਓ ਕਰਦੇ ਹੋਏ ਰੋਸ ਧਰਨਾ ਦਿੱਤਾ ਅਤੇ ਬਟਾਲਾ ਅੰਮ੍ਰਿਤਸਰ ਰੋਡ ਜਾਮ ਕਰ ਦਿੱਤਾ। ਇਸ ਮੌਕੇ ਬਟਾਲਾ ਪੁਲਿਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪਰਿਵਾਰਕ ਮੈਂਬਰਾਂ ਦੀ ਪੁਲਿਸ ਕਰਮਚਾਰੀਆਂ ਨਾਲ ਤਗੜੀ ਬਹਿਸਬਾਜ਼ੀ ਹੋਈ ਅਤੇ ਇਸ ਮੌਕੇ ਮ੍ਰਿਤਕ ਯੋਧਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਬਟਾਲਾ ਪੁਲਿਸ ਉਹਨਾਂ ਦੇ ਬੇਟੇ ਦੇ ਕਾਤਲਾਂ ਨੂੰ ਕਾਬੂ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪੁਲਿਸ ਕਾਤਲਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ। ਇੰਨੇ ਨਹੀਂ ਬਲਕਿ ਉਹਨੇ ਇਹ ਵੀ ਕਿਹਾ ਕਿ 1.5 ਮਹੀਨਾ ਪਹਿਲਾਂ ਉਹਨਾਂ ਦੀ ਮਾਤਾ ਹਰਜੀਤ ਕੌਰ ਨੂੰ ਵੀ ਟਰੈਕਟਰ ਥੱਲੇ ਰੋਂਦ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਲੇਕਿਨ ਪੁਲਿਸ ਕੋਲੋਂ ਅਜੇ ਉਸ ਘਟਨਾ ਦਾ ਇਨਸਾਫ਼ ਨਹੀਂ ਮਿਲ ਪਾਇਆ। ਹੁਣ ਵੀ ਪੁਲਿਸ ਗੋਗਲੂਆ ਤੋਂ ਮਿੱਟੀ ਝਾੜ ਰਹੀ ਹੈ ਅਤੇ ਉਹਨੇ ਗੁੱਸੇ ਵਿੱਚ ਕਿਹਾ ਹੈ ਕਿ ਅਗਰ ਇਨਸਾਫ਼ ਨਾ ਮਿਲਿਆ ਤੇ ਉਹਨਾਂ ਨੇ ਧਰਨਾ ਦਿਨ ਰਾਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਬਟਾਲਾ ਪੁਲਿਸ ਕਾਤਲਾਂ ਨੂੰ ਕਾਬੂ ਨਹੀਂ ਕਰਦੀ। ਤੇ ਕੀ ਕਿਹਾ ਹੈ ਤੁਸੀਂ ਵੀ ਸੁਣੋ। ਜੋਗਿੰਦਰ ਪਾਲ ਦੀ ਰਿਪੋਰਟ, ਲਾਈਵ ਭਾਰਤ। ਬਾਕੀ ਮੇਰੇ ਕਹਿਣ ਦਾ ਮਤਲਬ ਹੈ ਸਾਡੇ ਨਾਲ ਬਹੁਤ ਧੱਕੇਸ਼ਾਹੀਆਂ ਹੋ ਰਹੀਆਂ, ਬਹੁਤ ਜ਼ਿਆਦਾ ਜ਼ੁਲਮ ਹੋ ਰਹੇ ਆ। ਜੇ ਮੇਰਾ ਪਰਸੋਂ ਦਾ ਮੇਰੇ ਬੇਟੇ ਦਾ ਕਤਲ ਹੋਇਆ, ਜੋਧਵੀਰ ਦਾ ਮੇਰੇ ਪਰਸੋਂ ਦਾ ਕਤਲ ਹੋਇਆ, ਪਹਿਲਾਂ ਮੈਨੂੰ ਉਦੋਂ ਉਸ ਟਾਈਮ ਕਹਿੰਦੇ ਆ ਵੀ ਤੂੰ ਇੱਥੇ ਐਪਲੀਕੇਸ਼ਨ ਲਿਖਾ, ਪਰਚਾ ਕਰਵਾ, ਅਸੀਂ ਸਵੇਰੇ 9 ਵਜੇ ਤੱਕ ਇਹਦੇ ਕਾਤਲ ਜਿਹੜੇ ਆ ਮਿਲ ਜਾਣਗੇ ਤੈਨੂੰ। ਚਲੋ ਆਪਾਂ ਉੱਥੇ ਪਰਚਾ ਕਰਵਾ ਤਾ, ਸਵੇਰ ਦੇ 9 ਵਜੇ ਗਏ, ਫਿਰ ਇਹਨਾਂ ਗੋਂਗਲੂ ਦੀ ਮਿੱਟੀ ਝਾੜਤੀ, ਨਹੀਂ ਉਹਨਾਂ ਦੇ ਫੜੇ ਨਹੀਂ ਗਏ, ਘਰ ਨਹੀਂ ਲੱਭਣ ਡੇ, ਉਹਦਾ ਲੱਗੇਸਨ ਨਹੀਂ ਲੱਗਣ ਡਈ, ਲੱਗੇਸਨ ਉਹਦੀ ਨਹੀਂ ਲੱਭਣ ਡਈ। ਮੈਂ ਇੱਥੇ ਕਿਸੇ ਬੰਦੇ ਥੱਪੜ ਮਾਰਦਾ, ਮੈਂ ਫੋਨ ਬੰਦ ਕਰ ਲੈਣਾ, ਮੇਰੀ ਲੱਗੇਸਨ ਬੰਦ ਹੋ ਜਾਣੀ ਹੈ, ਮੇਰੇ ਘਰ ਦਾ ਮੇਰੇ ਕੋਲ ਪਰਿਵਾਰ ਚੁੱਕਣਗੇ, ਫਿਰ ਮੈਂ ਫੜੇ ਜਾਣਾ। ਉਹਦੀ ਮਾਂ ਚੁੱਕਣ, ਉਹਦੀ ਭੈਣ ਚੁੱਕਣ, ਉਹਦਾ ਭਰਾ ਚੁੱਕਣ, ਉਹਦਾ ਪਿਓ ਚੁੱਕਣ, ਆਪਣੇ ਆਪ ਬੰਦਾ ਗ੍ਰਿਫਤਾਰ ਹੋਏਗਾ, ਕਿਉਂ ਨਹੀਂ ਗ੍ਰਿਫਤਾਰ ਹੁੰਦਾ? ਨਹੀਂ ਤੇ ਮੈਨੂੰ ਦਸਾਂ 20 ਮਿੰਟਾਂ ਦਾ ਟਾਈਮ ਦੇਣ, ਬੰਦੇ ਦਾ ਬੰਦਾ ਮੈਂ ਮਾਰ ਦਿੰਦਾ, ਨਾ ਮੈਂ ਪਰਚਾ ਉਹਨਾਂ ਦਾ ਕਰਾਉਂਦਾ ਅਤੇ ਨਾ ਮੇਰੇ 'ਤੇ ਹੋਏ। ਬਸ ਮੇਰੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਇਨਸਾਫ਼ ਮਿਲਣਾ ਚਾਹੀਦਾ, ਨਹੀਂ ਤਾਂ ਮੈਨੂੰ ਇੰਨਾ ਟਾਈਮ ਦੇ ਦਿਓ। ਔਰ ਸਾਨੂੰ 1.5 ਮਹੀਨਾ ਆ ਗਿਆ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਸਾਡਾ ਕੋਈ ਨਹੀਂ ਮਤਲਬ ਸੁਣਵਾਈ ਹੈਗੀ, ਅਸੀਂ ਬੜੇ ਧੱਕੇ ਖਾਧੇ, ਕਦੀ ਡਿਪਟੀ ਕੋਈ ਚੱਲਦੇ, ਕਦੀ ਐਸ ਐਚ ਓ, ਕਦੀ ਐਸ ਐਸ ਪੀ ਕੋ, ਮਤਲਬ ਸਾਨੂੰ ਇੱਦਾਂ ਹੀ ਵਰਝਾ ਰਹੇ ਨੇ, ਸਾਡੀ ਕਿਤੇ ਸੁਣਵਾਈ ਨਹੀਂ ਕੀਤੀ। ਔਰ ਕਦੇ ਸਾਨੂੰ ਅਸੀਂ ਐਸ ਸੀ ਐਕਟ ਦੀ ਮੰਗ ਕਰਦੇ, ਸਾਡੀ ਅਸੀਂ ਉਹ ਜਨਰਲ ਕਾਸਟ ਆ, ਸਾਡੀ ਐਸ ਸੀ ਕਾਸਟ ਆ, ਅਤੇ ਸਾਡੇ ਨਾਲ ਵੇਖੋ ਕਦੀ ਕਿਤੇ ਗੋਲੀਆਂ ਮਾਰ ਕੇ ਮਾਰਦਾ, ਕੋਈ ਟਰੈਕਟਰ ਚਾਰ ਕੇ ਮਾਰਦਾ, ਅਸੀਂ ਕਿੱਥੇ ਜਾਈਏ? ਅਸੀਂ ਕਿਤੇ ਅੱਗੇ ਮੰਗ ਕਰੀਏ? ਸਰਕਾਰ ਅੱਗੇ ਮੰਗ ਕਰੀਏ? ਪੁਲਿਸ ਅੱਗੇ ਮੰਗ? ਕਿਹਦੀ ਕੋਈ ਮੰਗਾਂ ਮੰਗੀਏ? ਦੱਸੋ, ਸਾਡੀ ਇਹੀ ਮੰਗ ਹੈ ਬੰਦੇ ਗ੍ਰਿਫਤਾਰ ਕੀਤੇ ਜਾਣ, ਅਤੇ ਔਰ ਸਾਨੂੰ ਐਸ ਸੀ ਐਕਟ ਸਾਡਾ ਜਿਹੜਾ ਲੱਗੇ, ਜਿਹੜਾ ਸਾਡੀਆਂ ਬਾਂਦੀਆਂ ਧਾਰਾਂ ਲਗਵਾਈਆਂ ਜਾਣ। ਜੇ ਨਹੀਂ ਤਾਂ ਆਪਾਂ ਭਾਵੇਂ 10 ਦਿਨ 20 ਦਿਨ ਧਰਨਾ ਦੇਣਾ, ਭਾਅ ਅਸੀਂ ਇੱਥੇ ਹੀ ਹਾਂ, ਇੱਥੇ ਲੰਗਰ ਪੱਕਣਗੇ, ਇੱਥੇ ਸਾਰਾ ਕੁਛ ਹੋਏਗਾ ਸਾਡਾ। ਔਰ ਸਾਡੇ ਜਿਹੜੇ ਕਹਿੰਦੇ ਡੀ ਏ ਸਾਹਿਬ ਨੇ ਕਰਨਾ ਜੀ, ਡੀ ਏ ਸਾਹਿਬ ਨੇ ਵੀ ਕਰਤਾ ਸਾਰਾ, ਕੋਈ ਕਹਿੰਦੇ ਇਹਦੀਆਂ ਲੱਗਦੀਆਂ ਧਾਰਾਂ ਲਓ, ਔਰ ਇਹ ਸਾਡਾ ਪੁਲਿਸ ਪ੍ਰਸ਼ਾਸਨ ਕੋਈ ਸਾਡੀ ਸਹਾਇਤਾ ਨਹੀਂ ਕਰਦੀ। ਸਾਨੂੰ ਇਹ ਕੀ ਸਮਝਦੇ ਨੇ ਕਿ ਅਸੀਂ ਇਨਸਾਨ ਨਹੀਂ ਹੈਗੇ? ਡੀ ਏ ਸਾਹਿਬ ਨੇ ਸਾਰਾ ਕੁਛ ਕਹਿਤਾ ਵੀ ਇਹਨਾਂ ਦੀਆਂ ਜਿਹੜੀ ਬਾਂਦੀਆਂ ਧਾਰਾਂ ਲਓ। ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਆ? ਡੀ ਐਸ ਪੀ ਜਿਹੜੇ ਆ ਆਪਣੇ ਡੇਰਾ ਬਾਬਾ ਨਾਨਕ ਉਹ ਵੀ ਨਹੀਂ ਸਾਡੀ ਸੁਣਦੇ, ਕਦੀ ਕਹਿੰਦੇ ਐਸ ਐਸ ਪੀ ਕੋਈ ਚੱਲ ਜਾਓ, ਕਦੀ ਤੁਸੀਂ ਉੱਥੇ ਐਸ ਐਚ ਓ ਕੋਈ ਚੱਲ ਜਾਓ, ਅਸੀਂ ਸ਼ਦਾਈ ਹਾਂ, ਅਸੀਂ ਇਨਸਾਨ ਨਹੀਂ ਹੈਗੇ।
ਇਹਨਾਂ ਢਿੱਲ ਦਿੱਤੀ ਆ, ਬੰਦੇ ਅਗਰ ਫੜੇ ਆ ਨਾ ਜੀ, ਬੰਦੇ ਫੜ ਕੇ ਛੱਡੇ ਆ, ਬੰਦੇ ਫੜੇ ਆ, ਜਿੱਦਣ ਹੀ ਸੰਸਕਾਰ ਕੀਤਾ ਹੋਵੇ ਨਾ ਉੱਧਰ ਬੰਦੇ ਛੱਡਦੇ ਆ ਜੀ। ਕਿਉਂ ਛੱਡੇ ਆ ਬੰਦੇ ਜੀ? ਬੰਦੇ ਹੀ ਗ੍ਰਿਫਤਾਰ ਕਰਾਇਆ, ਬੰਦੇ ਅਜੀਤ ਸਿੰਘ ਨੂੰ ਫੜਾਇਆ, ਬੰਦਾ ਸੰਤੋਖ ਸਿੰਘ ਨੂੰ ਫੜਾਇਆ, ਉਹ ਇਹਨਾਂ ਛੱਡਿਆ ਜੀ, ਐਸ ਐਚ ਓ ਕੁਲਵਿੰਦਰ ਸਿੰਘ ਨੇ ਛੱਡਿਆ। ਕਿਉਂ ਛੱਡਿਆ ਜੀ? ਇਹ ਸਾਨੂੰ ਇਹੋ ਕਹਿੰਦੇ ਜੀ, ਅਸੀਂ ਤੁਹਾਡੇ ਨਾਲ ਹਾਂ, ਇਹੋ ਤੁਹਾਡੇ ਨਾਲ ਹਾਂ, ਬਸ ਆਓ ਜੀ ਬੈਠੋ ਜੀ, ਬੰਦੇ ਹੀ ਫੜ ਲੈਂਦੇ, ਇਹੋ ਕੁਛ ਕਰਦੇ ਰਹੇ ਆ। ਅਸੀਂ ਉਹਨਾਂ ਦੇ ਭਰੋਸੇ ਰਹੇ ਹਾਂ ਵੀ ਸਾਡੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਆ, ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ, ਸਾਨੂੰ ਬਸ ਇੱਦਾਂ ਧੱਕਿਆਂ ਤੋੜ ਜਾਈ, ਸੜਕਾਂ ਦੇ ਧੱਕੇ ਬਸ ਰੁਲਦੇ ਪਏ ਆ। ਕੱਲ੍ਹ ਵੀ ਸਾਡਾ ਪਰਸੋਂ ਮੁੰਡਾ ਮਰਿਆ, ਉਹ ਵੀ ਬਸ ਇੱਦਾਂ ਹੀ, ਬਸ ਅਸੀਂ ਇਹਨੇ ਜੋਗੇ, ਸਾਡੀ ਅਸੀਂ ਵੋਟਾਂ ਦੇ ਮਾਲਕ ਹਾਂ। ਇਹਦੇ ਵਿੱਚ ਜੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ, ਰੇਡ ਵੀ ਕਰ ਰਹੀ ਆ, ਜਿੱਥੇ ਜਿੱਥੇ ਪਤਾ ਇਨਫੋਰਮੇਸ਼ਨ ਮਿਲ ਰਹੀ ਆ ਉਹਨਾਂ ਦੇ ਫੋਨ ਦੀਆਂ ਲੋਕੇਸ਼ਨਾਂ ਵੀ ਲੈ ਰਹੀ ਆ, ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਆ ਪੁਲਿਸ ਰੇਡ ਕਰ ਰਹੀ ਆ, ਤਫਤੀਸ਼ ਕਰ ਰਹੀ ਆ। ਇਹਨਾਂ ਨੂੰ ਸਮਝਾਇਆ ਵੀ ਤੁਸੀਂ ਇਸ ਕੰਮ 'ਚ ਨਾ ਪਾਓ, ਪੁਲਿਸ ਨੂੰ ਆਪਣਾ ਕੰਮ ਕਰਨ ਦਿਓ। ਕਦੋਂ ਤੱਕ ਲੱਗਦਾ ਜੀ? ਦੇਖੋ ਜੀ, ਅਸੀਂ ਲੱਗੇ ਹਾਂ, ਲੋਕੇਸ਼ਨਾਂ ਵੀ ਲੈ ਰਹੇ ਹਾਂ, ਹਰ ਕੰਮ ਜਿਹੜਾ ਪੁਲਿਸ ਦਾ ਤਫਤੀਸ਼ ਆ ਉਹ ਚੱਲ ਰਹੀ ਆ, ਉਹਨੂੰ ਭਾਵੇਂ ਸਵੇਰੇ ਫੜਿਆ ਜਾਵੇ ਅਤੇ ਭਾਵੇਂ 4 ਦਿਨ ਲੱਗ ਜਾਣ, ਹਾਂ ਚੱਲ ਰਹੀ ਹੈ ਜੀ। ਲੀਟਰ ਨਹੀਂ ਜੀ, ਇਹ ਤਾਂ ਫਿਰ ਇਹਨਾਂ ਦੀ ਬੇਵਕੂਫੀ ਹੈ ਜੀ, ਜੇ ਲੰਬੇ ਸਮੇਂ ਤੱਕ ਲਾਉਂਦੇ ਆ ਤਾਂ। ਅੱਜ ਦੇ ਇਹਨਾਂ ਦੇ ਨਾਲ ਆ,